ਸਾਰੀ ਸਾਨੂੰ ਖੋਰੇ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ। ਇਹ ਤੇਲ ਮੈਂ ਖੁਦ ਤਿਆਰ ਕਰਦਾ ਹਾਂ, ਜਿਸ ਨੂੰ ਕਿ ਬਰੋਟਾ ਥੋਹਰ ਅਤੇ ਅੱਕ ਦੇ ਦੁੱਧ ਤੋਂ ਤਿਆਰ ਕੀਤਾ ਜਾਂਦਾ ਹੈ, ਦੇ ਮਿਸ਼ਰਣ ਤੋਂ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ ਕਿ ਲਗਾਉਣ ਸਾਰ ਹੀ, ਜਿਸ ਤਰ੍ਹਾਂ ਮੈਂ ਤੁਹਾਡੇ ਲਗਾ ਕੇ ਦਿਖਾਉਂਦਾ ਹਾਂ, ਗੋਡੇ 'ਤੇ ਲਗਾਉਣਾ ਹੈ, ਸਿਰਫ ਮਾਲਿਸ਼ ਨਹੀਂ ਕਰਨੀ। ਮਾਲਿਸ਼ ਲਗਾਉਂਦਿਆਂ ਲਗਾਉਂਦਿਆਂ ਹੀ ਇਹ ਤੇਲ ਗੋਡੇ ਦੇ ਵਿੱਚ ਰਚ ਜਾਂਦਾ ਹੈ। ਇਹ ਸਭ ਇੰਨਾ ਕੀ ਲਗਾਉਣਾ ਹੈ, ਚੱਪਣੀ ਦੇ ਆਸੇ ਪਾਸੇ ਲੱਗਣਾ ਚਾਹੀਦਾ, ਮਾਲਿਸ਼ ਨਹੀਂ ਕਰਨੀ। ਲਗਾਉਣ ਦੇ 2-3 ਮਿੰਟ ਵਿੱਚ ਹੀ ਇਹ ਤੇਲ ਗੋਡੇ ਦੇ ਵਿੱਚ ਰਚ ਜਾਂਦਾ ਹੈ। ਜਦੋਂ ਰਚ ਗਿਆ, ਉਸ ਤੋਂ 10 ਮਿੰਟ ਲਈ ਗੋਡੇ ਨੂੰ, ਜਿਸ ਤਰ੍ਹਾਂ ਬੱਚੇ ਬੈਠ ਚਾਰਪਾਈ 'ਤੇ ਬੈਠ ਕੇ ਪੈਰ ਹਿਲਾਉਂਦੇ ਹਨ, ਉਸ ਤਰ੍ਹਾਂ ਗੋਡੇ ਨੂੰ ਹਿਲਾਉਣਾ ਹੈ। ਅਤੇ ਗੋਡੇ ਦੇ ਹਿਲਾਉਣ, ਜਦੋਂ ਹਿਲਾਉਂਦੇ ਹਾਂ ਗੋਡੇ ਨੂੰ, ਇਹ ਤੇਲ ਜੋੜ ਦੇ ਵਿੱਚ ਰਚ ਜਾਂਦਾ ਹੈ। ਜੋੜ ਦੇ ਵਿਚਲੀ ਕਮੀ, ਜਿਸ ਨੂੰ ਕਿ ਇੰਗਲਿਸ਼ ਦੇ ਵਿੱਚ ਲੈਗਾਮੈਂਟ ਕਹਿੰਦੇ ਹਨ, ਅਤੇ ਪੰਜਾਬੀ ਵਿੱਚ ਸਮਝਣ ਵਾਲੀ ਭਾਸ਼ਾ 'ਚ ਗਰੀਸ ਹੀ ਕਹਿ ਦਿੰਦੇ ਹਨ, ਉਹ ਤਿਆਰ ਹੁੰਦੀ ਹੈ। ਆਮ ਕਰਕੇ ਬਾਜ਼ਾਰ ਵਿੱਚ ਦਰਦਾਂ ਵਾਲੇ ਤੇਲ ਹੀ ਮਿਲਦੇ ਹਨ। ਦਰਦ ਜ਼ਰੂਰ ਬੰਦ ਕਰਦੇ ਹਨ, ਜਿਹੜੀ ਵਿਚਲੀ ਸਮੱਸਿਆ ਉਹ ਉੱਥੇ ਦੀ ਉੱਥੇ ਹੀ ਰਹਿ ਜਾਂਦੀ ਹੈ। ਪਰ ਇਹ ਤੇਲ ਇਹੋ ਜਿਹਾ ਤਿਆਰ ਕੀਤਾ ਹੈ ਜਿਹੜਾ ਵਿਚਲੀ ਸਮੱਸਿਆ, ਵਿਚਲੀ ਘਾਟ, ਜਿਸ ਨੂੰ ਗਰੀਸ ਕਹਿੰਦੇ ਹਨ, ਉਹ ਪੂਰੀ ਕਰਦਾ ਹੈ। ਗੋਡੇ ਨੂੰ ਮੁੜ ਲਾਉਂਦਾ ਹੈ, ਗੋਡੇ ਦੇ ਗੋਡੇ 'ਤੇ ਵਜ਼ਨ ਵੀ ਆਉਣ ਲੱਗ ਜਾਂਦਾ ਹੈ, ਗੋਡੇ ਦੇ ਵਿੱਚੋਂ ਔਕੜ ਕੜਕੜੀ ਆਵਾਜ਼ ਆਉਂਦੀ ਹੈ, ਇਹ ਵੀ ਬੰਦ ਹੋ ਜਾਂਦੀ ਹੈ। ਇਸ ਦੇ ਨਾਲ ਲੱਖਾਂ ਹਜ਼ਾਰਾਂ ਮਰੀਜ਼ ਠੀਕ ਹੋ ਚੁੱਕੇ ਹਨ। ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਬਖਸ਼ਿਸ਼ ਦੇ ਕਾਰਨ ਦਾਸ ਨੂੰ ਹਜ਼ੂਰ ਸਾਹਿਬ ਜਾਣ ਦਾ ਮੌਕਾ ਮਿਲਿਆ। ਇਹ ਤੇਲ ਉੱਥੋਂ ਦੇ ਹੀ ਇੱਕ ਤਰ੍ਹਾਂ ਦਾ ਵਰਦਾਨ ਮਿਲਿਆ ਹੋਇਆ ਹੈ। ਸੋ ਆਪ ਜੀ ਨੂੰ ਬੇਨਤੀ ਹੈ ਕਿ ਜਿਸ ਨੂੰ ਜ਼ਰੂਰਤ ਹੋਵੇ, ਵੱਧ ਤੋਂ ਵੱਧ ਇਸ ਦੀ ਵਰਤੋਂ ਕਰੋ ਅਤੇ ਵੱਧ ਤੋਂ ਵੱਧ ਲਾਹਾ ਲਓ, ਵੱਧ ਤੋਂ ਵੱਧ ਫਾਇਦਾ ਉਠਾਓ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਪੁਰਾਣਾ ਵੀ ਹੋਵੇ ਠੀਕ ਹੋ ਜਾਂਦਾ, ਥੋੜਾ ਬਹੁਤ ਇੱਕ ਦੋ ਸ਼ੀਸ਼ੀਆਂ ਵੱਧ ਵਰਤੀਆਂ ਪੈ ਜਾਂਦੀਆਂ, ਪਰ ਠੀਕ ਜ਼ਰੂਰ ਹੋ ਜਾਂਦਾ। 3 ਮਹੀਨਾ ਜ਼ਰੂਰੀ ਹੈ ਜੀ।